ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਸਪਰਾਉਟ ਸੈਲਡ ਬਿਲਕੁਲ ਅਲੱਗ ਤਰੀਕੇ ਦੇ ਨਾਲ ਲਾਸਟ ਟਾਈਮ ਤੁਹਾਡੇ ਨਾਲ ਜਿਹੜੀ ਮੈਂ ਵੀਡੀਓ ਸ਼ੇਅਰ ਕੀਤੀ ਸੀ ਸਪਰਾਉਟ ਸੈਲਡ ਦੀ ਉਹ ਅਲੱਗ ਤਰੀਕੇ ਨਾਲ ਆਪਾਂ ਬਣਾਇਆ ਸੀ ਇਹ ਆਪਾਂ ਬਿਲਕੁਲ ਡਿਫਰੈਂਟ ਤਰੀਕੇ ਨਾਲ ਬਣਾਵਾਂਗੇ ਵੀਡੀਓ ਪੂਰੀ ਜ਼ਰੂਰ ਦੇਖਿਓ ਕਿ ਮੈਂ ਕਿੱਦਾਂ ਬਣਾ ਕੇ ਤਿਆਰ ਕਰਾਂਗੀ ਸਪਰਾਉਟ ਸੈਲਡ ਅਗਰ ਥੋੜੀ ਜਿਹੀ ਵੀ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਔਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਮੈਨੂੰ ਸਪੋਰਟ ਕਰਿਓ ਨਾਲ ਲੱਗਦੇ ਔਲ ਤੇ ਜ਼ਰੂਰ ਕਲਿੱਕ ਕਰਿਓ ਤੇ ਚਲਿਏ ਬਣਾਉਣਾ ਸ਼ੁਰੂ ਕਰਦੇ ਹਾਂ ਸੈਲਡ ਤੇ ਇਹਦੇ ਲਈ ਮੈਂ ਸਪਰਾਉਟ ਲਏ ਆ ਸਪਰਾਉਟ ਜਿਹੜੇ ਇਹ ਕਿਸ ਤਰ੍ਹਾਂ ਘਰ ਦੇ ਵਿੱਚ ਬਣਾ ਕੇ ਤਿਆਰ ਕੀਤੇ ਜਾਂਦੇ ਆ ਇਹ ਮੈਂ ਲਾਸਟ ਟਾਈਮ ਜਿਹੜੀ ਵੀਡੀਓ ਅਪਲੋਡ ਕੀਤੀ ਹੋਈ ਹੈ ਉਹਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਅਗਰ ਤੁਸੀਂ ਉਹ ਨਹੀਂ ਦੇਖੀ ਤਾਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਅਗਰ ਨਹੀਂ ਤਾਂ ਮੈਂ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗੀ ਤੁਸੀਂ ਇੱਕ ਵਾਰ ਚੈੱਕ ਕਰਕੇ ਦੇਖੋ ਸਪਰਾਉਟ ਘਰ ਦੇ ਵਿੱਚ ਕਿਵੇਂ ਬਣਾਈਦੇ ਆ ਇਹਨੂੰ ਮੈਂ ਫ੍ਰੀਜ ਦੇ ਵਿੱਚ ਸਟੋਰ ਕਰਕੇ ਰੱਖਿਆ ਹੋਇਆ ਸੀ ਅੱdte ਮੈਂ ਯੂਜ਼ ਕਰ ਲੈ ਸੀ ਅੱdte ਮੈਂ ਰੱਖ ਦਿੱਤੇ ਸੀ ਪਿਆਜ਼ ਲਈਏ 2 ਮੈਂ ਇਹਨਾਂ ਨੂੰ ਛੋਟੇ-ਛੋਟੇ ਪੀਸਿਆਂ ਵਿੱਚ ਕੱਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਦੇ ਨਾਲ ਬਾਕੀ ਮੈਂ ਇੱਥੇ ਕੁਝ ਸਬਜ਼ੀਆਂ ਲਈਆਂ ਸਬਜ਼ੀਆਂ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਕੋਈ ਵੀ ਲੈ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਇੱਥੇ ਬਦਾਮ ਲਈਏ 7-8 ਬਦਾਮ ਲਈਏ ਇਹਨਾਂ ਨੂੰ ਮੈਂ ਭਿਉਂ ਕੇ ਰੱਖਿਆ ਸੀ ਇਹਦਾ ਛਿਲਕਾ ਜਿਹੜਾ ਉਤਾਰ ਲਿਆ ਇੱਕ ਮੈਂ ਗਾਜਰ ਲਈਏ ਕੁਝ ਇਸ ਤਰ੍ਹਾਂ ਦੇ ਪੀਸਾ ਨਾਲ ਕੱਟ ਕਰ ਲਿਆ ਪੁਦੀਨਾ ਜਿਹੜਾ ਲਿਆ ਮੈਂ ਫਰੈਸ਼ ਪੁਦੀਨਾ ਇਹਦਾ ਆਪਾਂ ਲਾਸਟ ਵਿੱਚ ਯੂਜ਼ ਕਰਾਂਗੇ ਟਮਾਟਰ ਲਿਆ ਇੱਕ ਉਹਦੇ ਬੀਜ ਕੱਢ ਲਿਆ ਔਰ ਉਹਨਾਂ ਨੂੰ ਮੈਂ ਪੀਸਾਂ ਦੇ ਵਿੱਚ ਕੱਟ ਕਰ ਲਿਆ ਛੋਟੇ-ਛੋਟੇ ਪੀਸਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਵੱਡੇ ਸਾਈਜ਼ ਦਾ ਖੀਰਾ ਲਿਆਇਆ ਔਰ ਖੀਰੇ ਨੂੰ ਵੀ ਮੈਂ ਟੁਕੜਿਆਂ ਦੇ ਵਿੱਚ ਕੱਟ ਕਰ ਲਿਆ ਨਾ ਮੋٹے ਨਾ ਹੀ ਪਤਲੇ ਟੁਕੜੇ ਆਪਾਂ ਕੱਟ ਕੇ ਕਿਤੇ ਆ ਧਨੀਆ ਔਰ ਇੱਕ ਹਰੀ ਮਿਰਚ ਲਈ ਹੈ ਮੈਂ ਹਰੀ ਮਿਰਚ ਬਿਲਕੁਲ ਬ੍ਰਿਕ-ਬ੍ਰਿਕ ਚੋਪ ਕਰ ਲਈ ਔਰ ਇੱਕ ਛੱਲੀ ਦੇ ਦਾਣੇ ਮੈਂ ਲੈ ਲਿਆ ਬਿਨਾ ਉਬਲੇ ਹੋਏ ਲੈ ਆ ਕੱਚੇ ਦਾਣੇ ਲੈ ਆ ਚਲਦੇ ਆ ਗੈਸ ਵੱਲ ਗੈਸ ਦੇ ਉੱਤੇ ਮੈਂ ਪੈਨ ਰੱਖਿਆ ਹੈ ਉਹਦੇ ਵਿੱਚ ਸਿਰਫ ਇੱਕ ਛੋਟੀ ਚਮਚ ਤੇਲ ਪਾਇਆ ਤੁਸੀਂ 올ਿਵ ਆਇਲ ਲੈ ਸਕਦੇ ਹੋ ਜਾਂ ਫਿਰ ਮੂੰਗਫਲੀ ਦਾ ਤੇਲ ਲੈ ਸਕਦੇ ਹੋ ਬਿਨਾ ਫਲੇਵਰ ਵਾਲਾ ਯੂਜ਼ ਕਰਨਾ ਤੁਸੀਂ ਇਹਦੇ ਵਿੱਚ ਬਟਰ ਵੀ ਪਾ ਸਕਦੇ ਹੋ ਛੱਲੀ ਦੇ ਦਾਣੇ ਗਾਜਰ ਅਤੇ ਪਿਆਜ਼ ਆਪਾਂ ਪਾ ਦੇਣੀ ਔਰ 2 ਮਿੰਟ ਦੇ ਲਈ ਇਹਨਾਂ ਨੂੰ ਰੋਸਟ ਕਰਨਾ ਆਪਾਂ ਚੰਗੀ ਤਰ੍ਹਾਂ ਦੇ ਨਾਲ ਇਹਦਾ ਨ ਕੀ ਹੋਏਗਾ ਵੀ ਆਪਾਂ ਜਿਹੜੀਆਂ ਕੱਚੀਆਂ ਸਬਜ਼ੀਆਂ ਲਈਆਂ ਹੁੰਦਾ ਜਿਹੜਾ ਕੱਚਾ ਬਣਾ ਹੋ ਨਿਕਲ ਜਾਏਗਾ ਔਰ ਬਹੁਤ ਵਧੀਆ ਲੱਗਣੀ ਹੈ ਖਾਂਡ ਵਿੱਚ ਬਸ ਸਿਰਫ 1 ਮਿੰਟ ਲਈ ਆਪਾਂ ਰੋਸਟ ਕਰਨਾ ਹੈ ਤੁਸੀਂ ਚਾਹੋ ਤੇ ਹਲਕਾ ਜਿਹਾ ਇਹਨਾਂ ਨੂੰ ਉਬਾਲ ਸਕਦੇ ਹੋ ਉਬਾਲ ਕੇ ਵੀ ਯੂਜ਼ ਕਰ ਸਕਦੇ ਹੋ ਪਰ ਮੈਨੂੰ ਇਹ ਤਰੀਕਾ ਵਧੀਆ ਲੱਗਦਾ ਇਸ ਕਰਕੇ ਮੈਂ ਇਹ ਤਰੀਕਾ ਅਪਣਾਨੀ ਆ ਜ਼ਿਆਦਾਤਰ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਰੋਸਟ ਕਰਨਾ ਆਪਾਂ ਸਿਰਫ 2 ਮਿੰਟ ਦੇ ਲਈ ਮੀਡੀਅਮ ਫਲੇਮ ਦੇ ਉੱਤੇ ਗੈਸ ਦੀ ਫਲੇਮ ਜਿਹੜੀ ਹਾਈ ਨਹੀਂ ਕਰਨੀ ਐ ਲੋ ਨਹੀਂ ਕਰਨੀ ਐ ਮੀਡੀਅਮ ਫਲੇਮ ਰੱਖਣੀ ਐ ਇਹ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਸਪਰਾਉਟ ਪਾ ਦਾਂਗੇ ਸਪਰਾਉਟ ਪਾਉਣ ਤੋਂ ਬਾਅਦ ਵੀ ਆਪਾਂ ਸਿਰਫ 2 ਮਿੰਟ ਦੇ ਲਈ ਇਹਨਾਂ ਨੂੰ ਰੋਸਟ ਕਰਨਾ ਐ ਸਾਰੀਆਂ ਚੀਜ਼ਾਂ ਨੂੰ ਟੱਕ ਕੇ ਨਹੀਂ ਆਪਾਂ ਇਹਨਾਂ ਨੂੰ ਪਕਾਣਾ ਹੈ ਖੁੱਲੇ ਛੱਡ ਕੇ ਹਿਲਾਉਂਦੇ ਹੋਏ ਬਸ ਸਿਰਫ 2 ਮਿੰਟ ਦੇ ਲਈ ਇਹਦੇ ਨਾਲ ਕੀ ਹੋਏਗਾ ਜਿਹੜੇ ਦਾਲ ਦੇ ਜਿਹੜੇ ਦਾਣੇ ਹੁੰਦੇ ਆ ਕੱਚੇ-ਕੱਚੇ ਲੱਗਦੇ ਆ ਉਹ ਨਹੀਂ ਲੱਗਣਗੇ ਖਾਣ ਦੇ ਵਿੱਚ ਉਹ ਨਾਲ ਹੀ ਦਾ ਹੈਲਦੀਪਨ ਜਿਹੜਾ ਉਹ ਖਤਮ ਹੋਏਗਾ ਪੂਰੀ ਤਰ੍ਹਾਂ ਨਾਲ ਇਹਦਾ ਨਿਊਟ੍ਰੀਸ਼ਨ ਜਿਹੜਾ ਉਹ ਬਣਿਆ ਰਹੇਗਾ ਇਹ ਹੋ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜਿਹੜੀ ਗੈਸ ਹੈ ਉਹ ਬੰਦ ਕਰ ਦੇਣੀ ਹੈ ਔਰ ਇਹਨੂੰ ਅਲੱਗ ਬੌਲ ਦੇ ਵਿੱਚ ਕੱਢ ਲੈਣੇ ਆ ਔਰ ਹਲਕਾ ਜਿਹਾ ਠੰਡਾ ਕਰ ਲੈਣੇ ਆ ਇਥੇ ਮੈਂ ਬੋ ਮਿਕਸਿੰਗ ਬੋਲ ਲਿਆ ਇਹਦੇ ਵਿੱਚ ਪਾ ਦਾਂਗੇ ਸਾਰਾ ਮਿਕਸਚਰ ਆਪਾਂ ਔਰ ਇਹ 50% ਤੱਕ ਠੰਡਾ ਹੋ ਗਿਆ ਵਾ ਮਿਕਸਰ ਸਾਡਾ ਹੁਣ ਆਪਾਂ ਬਾਕੀ ਦੇ ਇਨਗਰੀਡੀਅੰਟ ਵੀ ਇਹਦੇ ਵਿੱਚ ਪਾਣੇ ਆ ਬਹੁਤ ਹੀ ਹੈਲਦੀ ਸੈਲਡ ਬਣ ਕੇ ਤਿਆਰ ਹੁੰਦਾ ਔਰ ਹੈਲਦੀ ਹੀ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕੀਤਾ ਹੈ ਖੀਰੇ ਪਾ ਦਨੇ ਹੁਣ ਆਪਾਂ ਇਹਦੇ ਵਿੱਚ ਕੱਟ ਕੇ ਰੱਖਿਓਏ ਸੀ ਜਿਹੜੇ ਤਨੀਆ ਹਰੀ ਮਿਰਚ ਬਾਦਾਮ ਔਰ ਟਮਾਟਰ ਵੀ ਆਪਾਂ ਇਹਦੇ ਵਿੱਚ ਪਾ ਦਨੇ ਆ ਸਾਰੀਆਂ ਚੀਜ਼ਾਂ ਹੁਣ ਆਪਾਂ ਇਹਦੇ ਵਿੱਚ ਮਿਕਸ ਕਰਨੀਆਂ ਹੁਣ ਜਿਹੜਾ ਪੁਦੀਨਾ ਆਪਾਂ ਰੱਖਿਆ ਹੋਇਆ ਸੀ ਉਹ ਬਰੀਕ ਬਰੀਕ ਕੱਟ ਕੇ ਇਹਦੇ ਵਿੱਚ ਪਾ ਦਨੇ ਆ ਮੈਂ ਇੱਥੇ ਕਿਚਨ ਸੀਜ਼ਰ ਤੇ ਨਾਲ ਕੱਟ ਕੇ ਪਾ ਰਹੀ ਆ ਤੁਸੀਂ ਚਾਕੂ ਨਾਲ ਕੱਟ ਕੇ ਵੀ ਇਹਨੂੰ ਇਹਦੇ ਵਿੱਚ ਪਾ ਸਕਦੇ ਹੋ ਪੁਦੀਨਾ ਦਾ ਬਹੁਤ ਹੀ ਵਧੀਆ ਫਲੇਵਰ ਆਂਦਾ ਹੈ ਇਸ ਸੈਲਡ ਦੇ ਵਿੱਚ ਔਰ ਬਹੁਤ ਹੀ ਹੈਲਦੀ ਵੀ ਹੁੰਦਾ ਪੁਦੀਨਾ ਡਾਈਜੈਸ਼ਨ ਲਈ ਬਹੁਤ ਵਧੀਆ ਹੁੰਦਾ ਇਸ ਕਰਣ ਮੈਂ ਯੂਜ਼ ਕਰਨੀ ਐ ਨੂੰ ਸੈਲਡ ਦੇ ਵਿੱਚ ਅਗਰ ਤੁਹਾਡੇ ਕੋਲ ਹੈ ਤਾਂ ਤੁਸੀਂ ਜ਼ਰੂਰ ਪਾਇਓ ਹੁਣ ਆਪਾਂ ਇਹਦੇ ਵਿੱਚ ਕਾਲਾ ਨਮਕ ਪਾਣਾ ਅੱਧੀ ਛੋਟੀ ਚਮਚ ਨਮਕ ਤੁਸੀਂ ਆਪਣੀ ਟੇਸ ਦੇ ਅਕੋਰਡਿੰਗ ਐਡ ਕਰਨਾ ਹੈ ਇਹਦੇ ਵਿੱਚ ਚਾਟ ਮਸਾਲਾ ਪਾ ਦੇਣੀ ਅੱਧੀ ਛੋਟੀ ਚਮਚ ਚਟਪਟਾ ਫਲੇਵਰ ਆਏਗਾ ਇਹਦੇ ਨਾਲ ਬਹੁਤ ਵਧੀਆ ਸੈਲਡ ਦੇ ਵਿੱਚ ਉਹ ਸਫੇਦ ਨਮਕ ਪਾ ਲੈਣੀ ਅੱਧੇ ਛੋਟੀ ਚਮਚ ਨਾਲ ਉਹ ਘੱਟ ਜਿਹੜਾ ਆਪਾਂ ਨਾਰਮਲ ਘਰ ਦੇ ਵਿੱਚ ਖਾਣਦੇ ਆ ਉਹ ਵਾਲਾ ਨਮਕ ਪਾਇਆ ਹੁਣ ਇੱਥੇ ਕਾਲੀ ਮਿਰਚ ਦਾ ਪਾਊਡਰ ਪਾਣੇ ਤੇ ਮੈਂ 5-6 ਕਾਲੀ ਮਿਰਚ ਲੈ ਕੇ ਉਹਨੂੰ ਪੀਸ ਲਿਆ ਬਸ ਇੰਨੇ ਹੀ ਇੰਗਰੀਡੀਅੰਟ ਆਪਾਂ ਪਾਣੇ ਆ ਔਰ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਣਾ ਆਪਾਂ ਵਧੀਆ ਤਰੀਕੇ ਦੇ ਨਾਲ ਮਿਕਸ ਕਰਨਾ ਹੈ ਤਾਂ ਕਿ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਨਮਕ ਜਿਹੜਾ ਕੋਟ ਹੋ ਜੇ ਕਿਸੇ ਜਗ੍ਹਾ ਫਿੱਕਾ ਔਰ ਕਿਸੇ ਜਗ੍ਹਾ ਨਮਕੀਨ ਨਾ ਲੱਗੇ ਸਾਰੀਆਂ ਚੀਜ਼ਾਂ ਦੇ ਉੱਤੇ ਨਮਕ ਜਿਹੜਾ ਉਹ ਕੋਟ ਉਹਦੇ ਇਸਕਾਨੀ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਨਾ ਆਪਾਂ ਤੁਸੀਂ ਦੇਖਿਆ ਹੋਣਾ ਨਿੰਬੂ ਦਾ ਰਸ ਇਹਦੇ ਵਿੱਚ ਮੈਂ ਐਡ ਨਹੀਂ ਕੀਤਾ ਕਿਉਂਕਿ ਆਪਾਂ ਇਹਦੇ ਵਿੱਚ ਖੀਰਾ ਪਾਇਆ ਹੈ ਨਿੰਬੂ ਦਾ ਰਸ ਪਾਉਣਾ ਖੀਰਾ ਜਿਹੜਾ ਉਹ ਕੋੜਾ ਲੱਗਣ ਲੱਗ ਜਾਂਦਾ ਤਾਂ ਬਸ ਇਹ ਬਣ ਗਿਆ ਹੁਣ ਆਪਾਂ ਇਹਨੂੰ ਸਰਵ ਕਰ ਲੈਨੇ ਆ ਬਹੁਤ ਹੀ ਹੈਲਦੀ ਔਰ ਟੇਸਟੀ ਤਰੀਕੇ ਨਾਲ ਬਣਾ ਕੇ ਤਿਆਰ ਕੀਤਾ ਔਰ ਬਹੁਤ ਹੀ ਟੇਸਟੀ ਵੀ ਬਣ ਕੇ ਤਿਆਰ ਹੁੰਦਾ ਘਰ ਵਿੱਚ ਬਣਾ ਕੇ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਫਿਰ ਮੈਨੂੰ ਆਪਣਾ ਫੀਡਬੈਕ ਦੱਸਿਓ ਕਿ ਤੁਹਾਨੂੰ ਇਹ ਰੈਸিপি ਕਿੱਦਾਂ ਦੀ ਲੱਗੀ ਅਗਰ ਥੋੜੀ ਜਿਹੀ ਵੀ ਪਸੰਦ ਆਂਦੀ ਹੈ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਸਪੋਰਟ ਜ਼ਰੂਰ ਕਰਿਓ ਕਿਉਂਕਿ ਬਹੁਤ ਹੈਲਦੀ ਔਰ ਸਿੰਪਲ ਰੈਸਪੀਸ ਔਰ ਨਵਾਂ ਸ਼ੇਅਰ ਕਰਨੀ ਅੱਧਾ ਦੇ ਨਵੀਂ ਰੈਸਪੀ ਲੈ ਕੇ ਫੇਰ ਆਵਾਂਗੇ ਸ਼ਸ਼ੀਕਾਲ ਜੀ